ਰਿਕਵੈਸਟ ਕਰਦਾ ਹਾਂ ਕਿ ਚੰਦਨ ਦੇ ਬਾਰੇ ਪੜ੍ਹੋ, ਸਾਡੇ ਕੋਲ ਆਓ, ਅਸੀਂ ਖੁਦ ਸਨੈਪ ਸਾਰੀਆਂ ਲੱਗੀਆਂ ਹੋਈਆਂ ਨੇ, ਸਾਰਾ ਤੁਸੀਂ ਦੇਖ ਸਕਦੇ ਹੋ। ਖੁਰਮੀ ਚੰਦਨ ਸੈਂਡਲਵੁੱਡ ਫਾਰਮਿੰਗ ਦੇ ਵਿੱਚ ਅਸੀਂ ਇਹ ਸ਼ੁਰੂ ਕੀਤਾ ਹੈ। ਅਸੀਂ ਨਰਸਰੀ ਅਸਟੈਬਲਿਸ਼ ਕੀਤੀ ਬਕਾਇਦਾ 2 ਸਾਲ ਤੋਂ, ਨਰਸਰੀ ਸਾਡੇ ਕੋਲ ਪਈ ਹੈ 2-2 ਸਾਲ ਦੇ ਪੌਦਿਆਂ ਦੀ, ਤੁਸੀਂ ਆ ਕੇ ਉਹ ਲੈ ਸਕਦੇ ਹੋ। ਅਸੀਂ ਕਹਿੰਦੇ ਹਾਂ ਅਗਰ ਬਲੋਕ ਪਲਾਂਟੇਸ਼ਨ ਤੁਸੀਂ ਨਹੀਂ ਕਰਨਾ ਚਾਹੁੰਦੇ ਫਾਰਮਰ ਸਟਾਰਟਿੰਗ ਦੇ ਵਿੱਚ, ਤੁਸੀਂ ਉਹਨੂੰ ਆਪਣੇ ਵੱਟਾਂ 'ਤੇ ਲਗਾਓ। ਇੱਕ ਵੱਟਾਂ 1 ਕਿੱਲੇ ਦੇ ਵੱਟ ਦੇ ਉੱਤੇ ਐਟਲੀਸਟ 70-80 ਪੇੜ ਲੱਗਦੇ ਨੇ। ਅਗਰ ਅਸੀਂ ਉਹਨੂੰ 2-2-3-3 ਲੱਖ ਰੁਪਏ ਦਾ ਪੇੜ ਵੇਚੀਏ ਤਾਂ ਆਪਾਂ ਨੂੰ ਵੱਟਾਂ ਦੇ ਉੱਤੇ ਕੋਈ ਨੁਕਸਾਨ ਨਹੀਂ ਹੈ, ਕੋਈ ਇੱਥੇ ਦਵਾਈ ਬਹੁਤ ਜ਼ਿਆਦਾ ਛਿੜਕਾਂ ਨਹੀਂ ਹੈ, ਕੋਈ ਇਹਨੂੰ ਬਿਮਾਰੀ ਜ਼ਿਆਦਾ ਨਹੀਂ ਹੈ, ਕੋਈ ਇਹਨੂੰ ਪਾਣੀ ਜ਼ਿਆਦਾ ਨਹੀਂ ਲੱਗਦਾ। ਇਸ ਕਰਕੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਰਿਕੁਐਸਟ ਕਰਦਾ ਕਿ ਇਹਨੂੰ ਲਗਾਉਣ। ਔਰ ਸਭ ਤੋਂ ਵੱਡੀ ਗੱਲ ਹੈ, ਪੰਜਾਬ ਸਰਕਾਰ ਤੋਂ ਅਸੀਂ ਇਹਦੇ 'ਤੇ ਸਬਸਿਡੀ ਕਰਵਾ ਦਿੱਤੀ ਹੈ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਯੂਪੀ, ਹਰ ਸਟੇਟ ਇਹਦੇ 'ਤੇ ਸਬਸਿਡੀ ਦੇ ਰਹੀ ਹੈ। ਸਬਸਿਡੀ ਦੇਣ ਦਾ ਮਤਲਬ ਇਹ ਹੈ, ਇਹ ਸਾਰੀਆਂ ਗੌਰਮੈਂਟਸ ਨੇ, ਇਹ ਸਾਰੀਆਂ ਸਰਕਾਰਾਂ ਨੇ ਚੰਦਨ ਨੂੰ ਆਪਣੇ ਆਪਣੇ ਸਟੇਟ 'ਚ ਮਾਨਤਾ ਦਿੱਤੀ ਹੈ ਕਿ ਚੰਦਨ ਇੱਥੇ ਲੱਗ ਸਕਦੇ, ਤਾਂ ਉਹ ਚੀਜ਼ ਨੂੰ ਸਬਸਿਡੀ ਕਰਕੇ ਪ੍ਰਮੋਟ ਕਰ ਰਹੇ ਹਾਂ। ਬਸ ਇਹਨੂੰ ਅਸੀਂ ਪਹਿਲਾ ਸਟੈਪ ਲੈਂਦੇ ਹੋਏ ਇਹਨੂੰ ਪ੍ਰਮੋਸ਼ਨ ਲਈ ਅਸੀਂ ਅੱਜ ਪ੍ਰੈਸ ਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਫਾਰਮਰਸ ਤੱਕ ਪਹੁੰਚਾਉਣ, ਤਾਂ ਕਿ ਸਾਡੇ ਫਾਰਮਰਸ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਪੋਪੂਲਰ ਹੋ ਗਿਆ ਜਾਂ ਦੂਸਰੀਆਂ ਚੀਜ਼ਾਂ ਹੋ ਗਈਆਂ ਨੇ, ਇਹਨਾਂ ਤੋਂ ਬਾਹਰ ਨਿਕਲਣ। ਪਲੱਸ ਜਿਹੜੀ ਜਨਰਲ ਪਬਲਿਕ ਹੈਗੀ ਹੈ, ਜਿਹੜੀ ਆਪਣੇ ਘਰਾਂ ਦੇ ਬਾਹਰ ਅਸ਼ੋਕਾ ਟ੍ਰੀ ਜਾਂ ਬੋਤਲ ਪਾਮ ਇੱਦਾਂ ਦੇ ਛੋਟੇ ਛੋਟੇ ਪੇੜ ਲਗਾਉਂਦੇ ਨੇ, ਬਹੁਤ ਅੱਛੀ ਗੱਲ ਹੈ ਜਿਹੜੀ ਇਹ ਚੀਜ਼ ਪੇੜ ਲਗਾਉਂਦੇ ਨੇ, ਪਰ ਇਹ ਚੀਜ਼ ਜਿਹੜੀ ਹੈਗੀ ਹੈ ਸਾਰੇ ਪੇੜ ਨਕਲੀ ਨੇ ਔਰ ਕੋਈ ਫਾਇਦਾ ਨਹੀਂ ਦਿੰਦੇ। ਮੈਂ ਰਿਕੁਐਸਟ ਕਰਦਾ ਹਾਂ ਅਸੀਂ